ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਸਿੱਖ ਸੰਗਤ ਅਤੇ ਯੂਨਾਈਟਿਡ ਸਿੱਖ ਪਾਰਟੀ ਵੱਲੋਂ 11 ਮਾਰਚ ਨੂੰ ਗੁਰੂ ਕਾ ਲੰਗਰ ਉੱਤੇ ਲੱਗੇ GST ਖਿਲਾਫ ਇੱਕ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਅੱਜ ਪਟਿਆਲਾ ਵਿਖੇ ਯੂਨਾਈਟਿਡ ਸਿੱਖ ਪਾਰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਲੰਗਰਾਂ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ GST ਟੈਕਸ ਦੇ ਨਾਂ ਤੇ ਗੁਰੂ ਦੀ ਗੋਲਕ ਤੇ ਡਾਕਾ ਮਾਰਿਆ ਜਾ ਰਿਹਾ ਹੈ, ਜਿਸ ਕਾਰਨ ਗੁਰੂ ਦੀ ਗੋਲਕ ਚੋਂ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ। ਉੱਥੇ ਹੀ ਸਿੱਖ ਸੰਗਤਾਂ ਇਸ ਨੂੰ ਸਿੱਖ ਸਿਧਾਂਤਾਂ ਉੱਤੇ ਇੱਕ ਵੱਡਾ ਹਮਲਾ ਮੰਨ ਰਹੀਆਂ ਨੇ। ਇਸ ਦੌਰਾਨ ਗੱਲ ਕਰਦਿਆਂ ਭਾਈ ਮਲਕੀਤ ਸਿੰਘ ਅਤੇ ਭਾਈ ਜਸਪ੍ਰੀਤ ਸਿੰਘ ਨੇ ਸਾਂਝੇ ਬਿਆਨ 'ਚ ਕਿਹਾ ਕਿ ਅਸੀਂ DC ਦਫ਼ਤਰ ਤੋਂ ਚੱਲ ਕੇ ਖੰਡਾ ਚੌਕ ਤੱਕ ਧਰਨਾ ਪ੍ਰਦਰਸ਼ਨ ਕਰਾਂਗੇ ਅਤੇ ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ ਵਿੱਚ ਵੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਸਰਕਾਰਾਂ ਤੋਂ ਲੰਗਰਾਂ ਤੇ GST ਬੰਦ ਕਰਵਾਉਣ ਤੇ ਦਬਾਅ ਪਾਇਆ ਜਾ ਸਕੇ। ਅਸੀਂ ਦੇਸ਼ ਵਿਦੇਸ਼ ਦੀ ਸਮੁੱਚੀ ਸਿੱਖ ਸੰਗਤ ਨੂੰ ਪਟਿਆਲਾ ਵਿਖੇ 11 ਮਾਰਚ ਨੂੰ DC ਦਫ਼ਤਰ ਪਹੁੰਚਣ ਦੀ ਅਪੀਲ ਕਰਦੇ ਹਾਂ। ਬਿਲਕੁਲ ਜੀ, ਬਿਲਕੁਲ ਵੱਡਾ ਸਵਾਲ ਹੈ। ਤੁਸੀਂ ਦੇਖੋ, ਇੱਕ ਪਾਸੇ ਤਾਂ ਲੰਗਰਾਂ ਦੇ ਉੱਤੇ ਜਿੱਥੇ ਇੱਕ ਦਿਨ 'ਚ 50,000 ਤੋਂ ਵੱਧ ਦਰਬਾਰ ਸਾਹਿਬ ਹਰਿਮੰਦਰ ਸਾਹਿਬ 'ਚ ਲੋਕ ਜਿਹੜਾ ਫ੍ਰੀ ਦੇ ਵਿੱਚ ਮੁਫ਼ਤ ਦੇ ਵਿੱਚ ਪ੍ਰਸ਼ਾਦਾ ਛਕਦੇ ਨੇ, ਲੰਗਰ ਛਕਦੇ ਨੇ, ਉੱਥੇ ਤਾਂ ਇਹਨਾਂ ਲੋਕਾਂ ਨੇ GST ਲਾ ਤਾ ਟੈਕਸ। ਅਤੇ ਜਿਹੜਾ ਬੰਦਾ ਕਰੋੜਾਂ ਰੁਪਈਆ ਰੋਜ਼ ਫੈਕਟਰੀਆਂ ਦੇ ਰਾਹੀਂ ਇਨਕਮ ਕਰਦਾ ਪਿਆ ਕਮਾ ਰਿਹਾ, ਉਹ ਬੰਦੇ ਦੀ ਜਿਹੜੀ ਦਵਾਈਆਂ ਨੇ ਜੇ ਉਹ GST ਤੋਂ ਮੁਕਤ ਰੱਖੀਆਂ ਨੇ ਤਾਂ ਇੱਕ ਬੜੀ ਮਾੜੀ ਗੱਲ ਹੈ। ਇਹ ਸਿੱਖਾਂ ਦੇ ਖਿਲਾਫ ਇੱਕ ਵੱਡੀ ਇੱਕ ਸਾਜਿਸ਼ ਦਾ ਹਿੱਸਾ, ਜਿਹੜਾ ਲੰਗਰਾਂ ਦੇ ਉੱਤੇ GST ਲਾਇਆ ਉਹ ਰਾਮਦੇਵ ਦੀ ਜਿਹੜੀ GST ਬੰਦ ਕਰਨ ਤੋਂ ਇਹ ਇਉਂ ਪ੍ਰਤੀਤ ਹੁੰਦਾ। ਇਹੀ ਅਪੀਲ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਕਾਫਲੇ ਦੇ ਰੂਪ 'ਚ ਪਹੁੰਚਣ ਤਾਂ ਕਿ ਜਿਹੜੀ ਆਪਣੀ ਗੱਲ ਹੈ ਅਸੀਂ ਸਰਕਾਰ ਦੀ ਜਿਹੜੀ ਉਹ ਕੰਨਾਂ ਤੱਕ ਪਹੁੰਚਾਈਏ, ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਹੈ ਉਹ ਸਮੇਂ ਸਮੇਂ 'ਤੇ ਜਿੰਨੀਆਂ ਵੀ ਪਾਬੰਦੀਆਂ ਕੌਮ ਦੇ ਉੱਤੇ ਲੱਗੀਆਂ ਨੇ ਉਹ ਹਮੇਸ਼ਾ ਉਹਨਾਂ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ, ਉਹ ਪਾਬੰਦੀਆਂ ਹਟਾਈਆਂ। ਅਤੇ ਹੁਣ ਵੀ ਅਸੀਂ ਦਰਬਾਰ ਸਾਹਿਬ ਦੇ ਉੱਤੇ ਜਿਹੜਾ GST ਟੈਕਸ ਹੈ ਉਹ ਕਦੇ ਬਰਦਾਸ਼ਤ ਨਹੀਂ ਕਰਾਂਗੇ, ਉਹਨੂੰ ਬਿਲਕੁਲ ਜਲਦ ਤੋਂ ਜਲਦ ਸਰਕਾਰ 'ਤੇ ਦਬਾਅ ਪਾ ਕੇ ਉਹਨੂੰ ਹਟਵਾਓ। ਅਸੀਂ ਸਾਰੀ ਜਿੰਨੀ ਵੀ ਸਿੱਖ ਜਥੇਬੰਦੀਆਂ ਨੇ, ਜਿੰਨੀ ਵੀ ਸਿੱਖ ਸੰਗਤਾਂ ਨੇ, ਸਾਰਿਆਂ ਨੂੰ ਸੱਦਾ ਦਿੰਦੇ ਹਾਂ ਵੀ ਇੱਥੇ ਆਈਏ, ਆਪਾਂ ਰਲ ਕੇ ਜਿਹੜਾ ਇੱਥੇ ਵਿਰੋਧ ਜਿਹੜਾ ਸਰਕਾਰ ਦੇ ਖਿਲਾਫ ਜਿਤਾਈਏ। ਇਹਦਾ ਇੱਕੋ ਇੱਕ ਮਕਸਦ ਹੈ, ਜਿਹੜਾ ਸਾਡੇ ਦਰਬਾਰ ਸਾਹਿਬ ਦੇ ਉੱਤੇ ਲੰਗਰਾਂ 'ਤੇ GST ਟੈਕਸ ਲਾਇਆ ਕੇਂਦਰ ਸਰਕਾਰ ਵੱਲੋਂ, ਉਹਦਾ ਅਸੀਂ ਵੱਡੀ ਗਿਣਤੀ 'ਚ ਵੱਧ ਤੋਂ ਵੱਧ ਸਿੱਖ ਸੰਗਤਾਂ ਨੇ ਇੱਥੇ ਯੂਨਾਈਟਿਡ ਸਿੱਖ ਪਾਰਟੀ ਦੀ ਅਗਵਾਈ ਦੇ ਵਿੱਚ ਅਸੀਂ ਵਿਰੋਧ ਪ੍ਰਦਰਸ਼ਨ ਜਿਤਾਉਣਾ, ਇੱਕ ਵੱਡਾ ਕਾਫਲਾ ਮਾਰਚ ਵੀ ਕੱਢਾਂਗੇ ਤਾਂ ਕਿ ਸਾਡੇ ਜਿਹੜਾ ਗੁਰੂ ਧਾਮਾਂ ਦੇ ਉੱਤੇ ਜਿਹੜਾ ਟੈਕਸ ਲੱਗ ਰਿਹਾ ਉਹ ਬੰਦ ਹੋਵੇ। ਇਹਦੇ ਨਾਲ ਅਸੀਂ ਜਿਹੜੀ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਹੈ ਜਾਂ ਅਕਾਲੀ ਦਲ ਹੈ ਇਹਨਾਂ ਨੂੰ ਵੀ ਜਿਹੜੇ ਉਹ ਅਸੀਂ ਲੈਟਰ ਭੇਜ ਰਹੇ ਹਾਂ, ਕਿਉਂਕਿ ਇਹ ਆਏ ਦਿਨ ਬਿਆਨ ਦੇ ਰਹੇ ਨੇ ਕਿ ਲੰਗਰਾਂ ਦੇ ਉੱਤੇ ਜਿਹੜਾ GST ਹੈ ਉਹ ਬੰਦ ਹੋਣਾ ਚਾਹੀਦਾ। ਅਸੀਂ ਇਹਨਾਂ ਨੂੰ ਸਵਾਲ ਕਰਾਂਗੇ ਲੈਟਰਾਂ ਦੇ ਵਿੱਚ, ਜੇ ਤੁਸੀਂ ਵਾਕਈ ਸੁਹਿਰਦ ਹੋ ਤਾਂ ਆਪਣੀ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਕਿਉਂ ਨਹੀਂ ਭੇਜਦੇ, ਤੁਸੀਂ ਉੱਥੇ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਭੇਜੋ। ਅਤੇ ਇਹਨਾਂ ਹੀ ਪਾਰਟੀਆਂ ਦੇ MPਾਂ ਨੂੰ ਵੀ ਭੇਜਾਂਗੇ ਕਿ ਤੁਸੀਂ ਵੀ ਜੇ ਸੁਹਿਰਦ ਹੋ, ਚਾਹੁੰਦੇ ਹੋ ਲੰਗਰਾਂ 'ਤੇ GST ਬੰਦ ਹੋਵੇ ਤਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਉਂ ਨਹੀਂ ਰੌਲਾ ਪਾਉਂਦੇ। ਇਹ ਸਾਰਾ ਅਸੀਂ ਪ੍ਰੋਗਰਾਮ ਉਲੀਕ ਰਹੇ ਹਾਂ ਅਤੇ ਸਿੱਖ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਆਪਣੇ ਗੁਰੂ ਧਾਮਾਂ ਦੀ ਜਿਹੜੀ ਆਨ ਬਾਨ ਸ਼ਾਨ ਦੇ ਲਈ ਇਹੋ ਜਿਹੜੇ ਗੁੰਡਾ ਟੈਕਸ ਗੁਰਦੁਆਰੇ 'ਤੇ ਲਾਏ ਜਾ ਰਹੇ ਨੇ ਉਹਨਾਂ ਨੂੰ ਬੰਦ ਕਰਾਉਣ ਲਈ ਵੱਧ ਤੋਂ ਵੱਧ ਸੰਗਤਾਂ ਉੱਦਣ ਪਟਿਆਲੇ 11 ਵਜੇ ਐਤਵਾਰ ਦੇ ਦਿਨ ਜ਼ਰੂਰ ਪਹੁੰਚਣ ਤਾਂ ਕਿ ਅਸੀਂ ਲੰਗਰਾਂ ਦੇ ਉੱਤੇ ਜਿਹੜਾ ਟੈਕਸ ਹੈ ਉਹਨੂੰ ਬੰਦ ਕਰਵਾਈਏ। ਅਸੀਂ ਇਹ ਵੱਡੀ ਗਿਣਤੀ ਜਿਹੜਾ ਸਿੱਖ ਨੌਜਵਾਨਾਂ ਦਾ ਕਾਫਲਾ ਉਹ DC ਦਫ਼ਤਰ ਤੋਂ ਲੈ ਕੇ ਦੁੱਖਨਿਵਾਰ ਸਾਹਿਬ ਖੰਡਾ ਚੌਂਕ 'ਤੇ ਸਮਾਪਤ ਹੋਊਗਾ, ਉੱਥੇ ਹੀ ਅਸੀਂ ਲੰਮੇ ਸਮੇਂ ਲਈ ਜਿਹੜਾ ਧਰਨਾ ਉਹ ਲਾਵਾਂਗੇ ਤਾਂ ਕਿ ਜਿਹੜੀ ਸਾਡੀ ਆਵਾਜ਼ ਹੈ ਉਹ ਪੂਰੇ ਮੁਲਕ ਦੇ ਵਿੱਚ ਵਿਦੇਸ਼ਾਂ 'ਚ ਪਹੁੰਚੇ ਕਿ ਲੰਗਰਾਂ ਦੇ ਉੱਤੇ ਜਿਹੜਾ GST ਟੈਕਸ ਹੈ ਉਹ ਬੰਦ ਹੋਵੇ। ਇਹ ਗੱਲ ਇਕੱਲੇ ਪਟਿਆਲੇ 'ਚ ਨਹੀਂ ਰਹੂਗੀ, ਅਸੀਂ ਪੰਜਾਬ ਦੇ ਬਾਕੀ ਸ਼ਹਿਰਾਂ 'ਚ ਵੀ, ਹਰਿਆਣੇ 'ਚ ਵੀ ਜਿਹੜਾ GST ਦੇ ਵਿਰੋਧ 'ਚ ਸਾਰੀ ਜਿਹੜੀ ਰੂਪਰੇਖਾ ਤਿਆਰ ਕਰ ਲਈ ਹੈ, ਬਾਕੀ ਸ਼ਹਿਰਾਂ ਦੇ ਵਿੱਚ ਵੀ, ਸਟੇਟਾਂ ਦੇ ਵਿੱਚ ਵੀ GST ਦੇ ਖਿਲਾਫ ਜਿਹੜਾ ਵੱਡੀ ਗਿਣਤੀ ਦੇ ਵਿੱਚ ਜ਼ੋਰ ਦੇ ਨਾਲ ਜਿਹੜਾ ਵਿਰੋਧ ਪ੍ਰਦਰਸ਼ਨ ਕਰਾਂਗੇ। ਮੰਗ ਪੱਤਰ ਤਾਂ ਇਹੀ ਨੇ ਸਾਡੇ ਕਿ ਸਾਡੇ ਲੰਗਰਾਂ ਦੇ ਉੱਤੇ ਜਿਹੜਾ ਟੈਕਸ ਹੈ ਉਹ ਜਿਹੜਾ ਕਦੇ ਵੀ ਨਹੀਂ ਹੋਇਆ, ਉਹ ਪਹਿਲੀ ਵਾਰ ਲੱਗ ਰਿਹਾ, ਉਹ ਬੰਦ ਹੋਣਾ ਚਾਹੀਦਾ। ਸਾਡੀ ਫਿਲਹਾਲ ਤਾਂ ਇਸ ਮਸਲੇ 'ਚ ਇਹੀ ਮੰਗ ਰਹੂਗੀ, ਲੰਗਰਾਂ ਦੇ ਉੱਤੇ ਜਿਹੜਾ GST ਟੈਕਸ ਹੈ ਉਹ ਬੰਦ ਹੋਵੇ। ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇੱਕੋ ਇੱਕ ਮਕਸਦ ਹੈ ਕਿ ਜਿਹੜਾ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਿਆਂ ਦੇ ਵਿੱਚ ਲੰਗਰਾਂ 'ਤੇ ਜਿਹੜਾ GST ਲਾਇਆ ਜਾ ਰਿਹਾ ਹੈ, ਜਿਹੜਾ ਕਿ ਸਿੱਖ ਸੰਗਤਾਂ ਦਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਜਿਹੜਾ ਮੱਥਾ ਟੇਕਦੇ ਹਨ, ਉਹ ਪੈਸਾ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਅੱਜ ਜਿੱਥੇ
ਸਿੱਖ ਸੰਗਤ ਅਤੇ ਹੋਰ ਵੀ ਧਰਮਾਂ ਦੇ ਲੋਕ ਉੱਥੇ ਆ ਕੇ ਲੰਗਰ ਛਕਦੇ ਨੇ, ਉਹਨਾਂ ਨੂੰ ਵੀ ਜਿਹੜਾ ਹੈ ਟੈਕਸ ਦੇ ਤੌਰ 'ਤੇ ਵਸੂਲੀ ਕੀਤੀ ਜਾ ਰਹੀ ਹੈ, ਜਿਹੜੀ ਕਿ ਸਿੱਧਾ ਹੀ BJP ਦਾ ਸਿੱਖਾਂ 'ਤੇ ਹਮਲਾ ਹੈ। ਇਸ ਹਮਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਰੋਕਣ ਦੇ ਲਈ ਪੁਰਜ਼ੋਰ ਯਤਨ ਕੀਤੇ ਜਾਣਗੇ। ਇਸ ਦੇ ਲਈ ਅਸੀਂ ਐਤਵਾਰ ਦੇ ਦਿਨ 11 ਮਾਰਚ 2018 ਨੂੰ ਇੱਕ ਧਰਨਾ ਦੇਣ ਜਾ ਰਹੇ ਹਾਂ, ਜਿਸ ਦਾ ਮਕਸਦ ਇਸ GST ਨੂੰ ਰੋਕਣਾ ਅਤੇ ਇਸ ਦੇ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ ਕਿ ਇਸ ਦੀ ਜਿਹੜੀ ਵੀਡੀਓ ਬਣਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਭੇਜੀ ਜਾਵੇ ਅਤੇ ਜਿਹੜੇ ਉੱਪਰ ਮਹਿਕਮੇ ਦੇ ਵਿੱਚ ਲੋਕ ਬੈਠੇ ਨੇ ਜਿਹੜੇ ਇਹ ਫੈਸਲੇ ਆਪਣੀ ਮਨ ਮਰਜ਼ੀਆਂ ਦੇ ਕਰ ਰਹੇ ਨੇ ਉਹਨਾਂ ਨੂੰ ਵੀ ਇਸ ਦੀ ਵੀਡੀਓ ਭੇਜੀ ਜਾਵੇਗੀ ਅਤੇ ਜੇ ਇਹ ਜਿਹੜਾ ਯਤਨ ਹੈ ਸਾਡਾ ਸਫਲ ਨਹੀਂ ਹੁੰਦਾ ਤਾਂ ਇਸ ਦੇ ਅਗੇਂਸਟ ਅਸੀਂ ਫਿਰ ਹਰ ਥਾਂ 'ਤੇ ਦੇਸ਼ਾਂ ਦੇ ਵਿੱਚ ਜਿੱਥੇ ਵੀ ਸਿੱਖ ਸੰਗਤਾਂ ਨੇ ਉੱਥੇ ਇਸ ਦਾ ਵਿਰੋਧ ਜਤਾਇਆ ਜਾਵੇਗਾ। ਪਟਿਆਲਾ ਤੋਂ ਪ੍ਰੀਤ ਰੰਧਾਵਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।